ਗੁਰੂ ਨਾਨਕ ਸਾਹਿਬ ਦਾ ਵਿਆਹ ਕਿਵੇਂ ਹੋਇਆ? ਕਈਆਂ ਨੂੰ ਨਹੀਂ ਇਤਿਹਾਸ ਦਾ ਪਤਾ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਕਿਵੇਂ ਹੋਇਆ ਸੀ। ਆ ਜਿਹੜੇ ਆਨੰਦ ਕਾਰਜ ਚਾਰ ਲਾਵਾਂ ਦੀ ਅੱਜ ਆਪਾਂ ਗੱਲ ਕਰਦੇ ਹਾਂ ਜਾਂ ਅੱਜ ਸਾਡੇ ਘਰ 'ਚ ਮਰਿਆਦਾ ਬਣੀ ਹੋਈ ਹੈ, ਇਸ ਮਰਿਆਦਾ ਦਾ ਮੁੱਢ ਗੁਰੂ ਨਾਨਕ ਸਾਹਿਬ ਦੇ ਵਿਆਹ ਦੇ ਨਾਲ ਬੱਝਿਆ ਸੀ। ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ? ਗੁਰੂ ਨਾਨਕ ਸਾਹਿਬ ਨੇ ਇੱਕ ਚੌਂਕੀ ਲਈ, ਜਿਸ ਚੌਂਕੀ ਦੇ ਉੱਪਰ ਸਤਿਗੁਰੂ ਨੂੰ ਬਿਠਾਇਆ ਜਾਣਾ ਸੀ ਨਾ, ਉਹ ਚੌਂਕੀ ਲਈ। ਉਸ ਚੌਂਕੀ ਦੇ ਉੱਪਰ ਸਤਿਗੁਰੂ ਨੇ ਕੀ ਕੀਤਾ? ਕਾਗਜ਼ ਲਿਆ, ਉਹਦੇ ਉੱਪਰ ਮੂਲ ਮੰਤਰ ਦਾ ਪਾਠ ਲਿਖਿਆ। ਇਹ ਇਤਿਹਾਸ ਵਿੱਚ ਆਉਂਦਾ। ਅਸ ਲਿਖ ਚੌਂਕੀ ਪਰ ਧਰਿਓ ਲੀਨ ਪਰਿਕਰਮਾ ਚਾਰ, ਅਸ ਲਿਖ ਚੌਂਕੀ ਪਰ ਧਰਿਓ ਲੀਨ ਪਰਿਕਰਮਾ ਚਾਰ, ਆਗੇ ਆਗੇ ਸਤਿਗੁਰੂ ਮੂਲੇ ਪਾਛ ਕੁਮਾਰ। ਇਹ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੋਇਆ ਜੀ। ਗੁਰਪ੍ਰੇਮ ਪ੍ਰਕਾਸ਼ ਵਿੱਚ ਵੀ ਜ਼ਿਕਰ ਆ ਵੀ ਬਟਾਲੇ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਨੇ ਚੌਂਕੀ ਲਈ, ਚੌਂਕੀ ਦੇ ਉੱਪਰ ਕਾਗਜ਼ ਰੱਖ ਕੇ ਉਸ ਕਾਗਜ਼ ਉੱਪਰ ਮੂਲ ਮੰਤਰ ਦਾ ਪਾਠ ਲਿਖਿਆ, ਅਤੇ ਉਸ ਪਾਠ ਨੂੰ ਲਿਖਣ ਤੋਂ ਬਾਅਦ ਮਹਾਰਾਜ ਜੀ ਨੇ ਆਖਿਆ ਵੀ ਇਸ ਜਿਹਦੀ ਇਹ ਜਿਹੜੀ ਚੌਂਕੀ ਹੈ ਇਹਦੇ ਉੱਪਰ ਹੁਣ ਪਾਠ ਲਿਖਿਆ ਗਿਆ, ਹੁਣ ਇਹਦੀਆਂ ਅਸੀਂ ਚਾਰ ਪਰਿਕਰਮਾ ਕਰਾਂਗੇ, ਚਾਰ ਲਾਵਾਂ ਲਵਾਂਗੇ, ਅਤੇ ਸਾਡਾ ਵਿਆਹ ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਸਾਕਸ਼ੀ ਬਣ ਕੇ, ਅਕਾਲ ਪੁਰਖ ਵਾਹਿਗੁਰੂ ਨੂੰ ਇਸ ਮੂਲ ਮੰਤਰ ਦੇ ਪਾਠ ਨੂੰ ਸਾਕਸ਼ੀ ਬਣ ਕੇ, ਕਿਉਂਕਿ ਮੂਲ ਮੰਤਰ ਦਾ ਜਿਹੜਾ ਪਾਠ ਆ ਉਹ ਤਾਂ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋਇਆ ਨਾ ਜੀ। ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਦਾ ਵਰਣਨ ਹੈ ਮੂਲ ਮੰਤਰ ਦੇ ਪਾਠ ਵਿੱਚ, ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਿਤਨਾ ਵੀ ਪਾਠ ਆਪਾਂ ਕਰਦੇ ਹਾਂ। ਅਕਾਲ ਪੁਰਖ ਪਰਮਾਤਮਾ ਨੂੰ ਸਾਕਸ਼ੀ ਬਣ ਕੇ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਅਸੀਂ ਚਾਰ ਲਾਵਾਂ ਲੈ ਕੇ, ਅਸੀਂ ਸੱਤ ਲਾਵਾਂ ਨਹੀਂ ਲੈਣੀਆਂ, ਚਾਰ ਲਾਵਾਂ ਲੈ ਕੇ ਚਾਰ ਪਰਿਕਰਮਾ ਕਰਕੇ ਅਸੀਂ ਆਪਣੇ ਵਿਆਹ ਦੀ ਰਸਮ ਅਦਾ ਕਰਾਂਗੇ। ਅਤੇ ਮੂਲ ਚੰਦ ਖੱਤਰੀ ਅਤੇ ਉਸ ਵਕਤ ਜਿੰਨੇ ਵੀ ਪਰਿਵਾਰ ਵਾਲੇ, ਚਾਹੇ ਉਹ ਸਹੁਰੇ ਪਰਿਵਾਰ ਵਿੱਚੋਂ, ਚਾਹੇ ਨਾਨਕਾ ਦਾਦਕਾ ਪਰਿਵਾਰ, ਹੋਰ ਰਿਸ਼ਤੇਦਾਰ ਦੇ ਵਿੱਚ ਜਿੰਨੀ ਵੀ ਬਰਾਦਰੀ ਉੱਤੇ ਇਕੱਠੀ ਹੋਈ ਸੀ, ਉਹਨਾਂ ਭਰੀ ਹੋਈ ਬਰਾਦਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦੇ ਨਾਲ ਇਸ ਤਰ੍ਹਾਂ ਚਾਰ ਲਾਵਾਂ ਲੈ ਕੇ ਮਹਾਰਾਜ ਜੀ ਨੇ ਆਨੰਦ ਕਾਰਜ ਦਾ ਮੁੱਢ ਬੰਨ ਦਿੱਤਾ ਸਿੱਖ ਧਰਮ ਦੇ ਵਿੱਚ। ਗੁਰੂ ਅੰਗਦ ਸਾਹਿਬ ਦਾ ਵਿਆਹ ਪਹਿਲਾਂ ਹੋ ਗਿਆ ਸੀ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਵੀ ਵਿਆਹ ਪਹਿਲਾਂ ਹੋ ਚੁੱਕਾ ਸੀ ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ। ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਦਾ ਪਾਠ ਉਚਾਰਨ ਕਰਕੇ, ਚਾਰ ਲਾਵਾਂ ਦਾ ਪਾਠ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਸਦਾ ਵਾਸਤੇ ਰਹਿੰਦੀ ਦੁਨੀਆ ਤੱਕ ਹੁਣ ਸਾਡੇ ਸਿੱਖ ਧਰਮ ਦੇ ਅੰਦਰ ਇਹ ਮਰਿਆਦਾ ਬਣਾ ਦਿੱਤੀ ਕਿ ਸਿੱਖ ਬੱਚੀ ਅਤੇ ਸਿੱਖ ਬੱਚੇ ਦਾ ਜਿਹੜਾ ਆਨੰਦ ਕਾਰਜ ਹੈ ਇਹਨਾਂ ਚਾਰ ਲਾਵਾਂ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਕੇ ਹੀ ਸੰਪੂਰਨ ਹੋਏਗਾ। ਕਹਿਣ ਤੋਂ ਭਾਵ ਕਿ ਸਦਾ ਵਾਸਤੇ ਸਿੱਖਾਂ ਦੇ ਗਲਾਂ ਦੇ ਵਿੱਚੋਂ ਬ੍ਰਾਹਮਣ ਦਾ ਜੂਲਾ ਲਾ ਕੇ ਸਤਿਗੁਰੂ ਨੇ ਪਰੇ ਕਰ ਦਿੱਤਾ। ਆਪ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਲਾਵਾਂ ਲਈਆਂ, ਆਪ ਗੁਰੂ ਨਾਨਕ ਸਾਹਿਬ ਨੇ ਆਨੰਦ ਕਾਰਜ ਕੀਤਾ, ਮੁੱਢ ਬੰਨਿਆ, ਅਤੇ ਉਸ ਦਿਨ ਤੋਂ ਬਾਅਦ ਫਿਰ ਗੁਰੂ ਘਰ 'ਚ ਇਹ ਪਰੰਪਰਾ ਹੀ ਬਣ ਗਈ, ਮਰਿਆਦਾ ਹੀ ਬਣ ਗਈ। ਉਸ ਮਰਿਆਦਾ ਦੇ ਅੰਤਰਗਤ ਹੀ ਬਾਕੀ 6 ਸਤਿਗੁਰੂ ਸਾਹਿਬਾਨਾਂ ਦੀ ਆਪਾਂ ਗੱਲ ਕਰ ਸਕਦੇ ਹਾਂ, ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ, ਇੱਕ ਗੁਰੂ ਹਰਕ੍ਰਿਸ਼ਨ ਸਾਹਿਬ ਛੱਡ ਕੇ 5 ਸਤਿਗੁਰੂ ਸਾਹਿਬਾਨਾਂ ਦਾ ਵੀ ਆਨੰਦ ਕਾਰਜ ਹੋਇਆ ਸੀ। ਗੁਰੂ ਸਾਹਿਬਾਨਾਂ ਦੇ ਵੇਲੇ ਜਿੰਨੇ ਸਿੱਖ ਬਣਦੇ ਸੀ ਉਹਨਾਂ ਦੇ ਵੀ ਇਸ ਰੀਤੀ ਦੇ ਨਾਲ ਆਨੰਦ ਕਾਰਜ ਕੀਤੇ ਜਾਂਦੇ ਸੀ। ਇਸ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਪਿਆਰਿਓ ਬਟਾਲੇ ਦੀ ਧਰਤੀ 'ਤੇ ਵਿਆਹ ਹੋਇਆ, ਅਤੇ ਵਿਆਹ ਬਿਲਕੁਲ ਸਿੰਪਲ ਸਾਦਾ ਵਿਆਹ ਸੀ, ਬਿਲਕੁਲ ਸਿੰਪਲ ਸਾਦਾ ਵਿਆਹ ਸੀ। ਐਸੇ ਨਹੀਂ ਆਪਾਂ ਕਹਿ ਸਕਦੇ ਵੀ ਬੜੇ ਢੋਲ ਢਮੱਕੇ ਬੜਾ ਕੁਝ ਉੱਥੇ ਹੋਇਆ ਹੋਏਗਾ, ਗਾਜੇ ਵਾਜੇ ਸਿੱਠਣੀਆਂ ਅਤ ਆਦਿਕ ਕੁਝ ਨਹੀਂ ਸੀ। ਸਤਿਗੁਰੂ ਆਪ ਮੌਜੂਦ ਸੀ, ਅਤੇ ਸਤਿਗੁਰੂ ਕੋਈ ਵੀ ਐਸਾ ਕਰਮ ਨਹੀਂ ਸੀ ਕਰਦੇ ਜਿਹੜਾ ਗੁਰਮਤਿ ਤੋਂ ਉਲਟ ਹੋਵੇ।
ਪੂਰੀ ਗੁਰਮਤ ਮਰਿਆਦਾ ਦੇ ਨਾਲ ਬਹੁਤ ਸਿੰਪਲ ਸਾਦੇ ਢੰਗ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਵਿਆਹ ਕੀਤਾ। ਇੱਕ ਪੰਗਤ ਵਿੱਚ ਸਭਨਾਂ ਨੂੰ ਲੰਗਰ ਛਕਾਇਆ, ਕਿਉਂਕਿ ਪੰਗਤ ਦੀ ਜਿਹੜੀ ਗੱਲ ਸੀ, ਬੈਠ ਕੇ ਲੰਗਰ ਪ੍ਰਸ਼ਾਦਾ ਛਕਣ ਦੀ ਜਿਹੜੀ ਇਹ ਮੁੱਢ ਸੀ, ਇਹ ਤਾਂ ਸਤਿਗੁਰੂ ਮਹਾਰਾਜ ਉਸ ਵਕਤ ਬਣ ਚੁੱਕੇ ਸੀ ਜਦੋਂ ਸਤਿਗੁਰੂ ਜੀ ਨੇ ਸੱਚਾ ਸੌਦਾ ਕੀਤਾ ਸੀ। ਜਦੋਂ ਸੱਚਾ ਸੌਦਾ ਕੀਤਾ, ਲੰਗਰ ਦੀ ਮਰਿਆਦਾ ਤਾਂ ਉਦੋਂ ਹੀ ਸਤਿਗੁਰੂ ਨੇ ਕਾਇਮ ਕਰ ਦਿੱਤੀ ਸੀ, ਅਤੇ ਲੰਗਰ ਜਿਹੜਾ ਸੀ ਪੰਗਤ ਵਿੱਚ ਬਿਠਾ ਕੇ ਸਭਨਾਂ ਨੂੰ ਛਕਾਇਆ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਵਿਆਹ ਸੀ, ਗੁਰੂ ਨਾਨਕ ਸਾਹਿਬ ਦੀ ਗੱਲ ਚੱਲਣੀ ਸੀ। ਉੱਥੇ ਇਹ ਨਹੀਂ ਵੀ ਉੱਚੀ ਜਾਤ ਦਾ ਛੋਟੀ ਜਾਤ ਦਾ, ਸਾਰਿਆਂ ਨੂੰ ਇੱਕ ਪੰਗਤ 'ਚ ਬਿਠਾ ਕੇ ਇੱਕ ਬਰਾਦਰੀ ਕਰਕੇ ਨਾ, ਸਾਰਿਆਂ ਦੀ ਉੱਚੀ ਨੀਵੀਂ ਸਾਰਿਆਂ ਨੂੰ ਇੱਕ ਬਰਾਬਰ ਕਰਕੇ ਸਤਿਗੁਰੂ ਨੇ ਪ੍ਰਸ਼ਾਦਾ ਛਕਾਇਆ ਸੀ। ਇਸ ਪ੍ਰਕਾਰ ਨਾਲ ਗੁਰੂ ਨਾਨਕ ਸਾਹਿਬ ਦਾ ਬਟਾਲੇ ਦੀ ਧਰਤੀ 'ਤੇ ਵਿਆਹ ਹੋਇਆ।